ਕਸਿਕਾਲ ਤੁਸੀਂ ਦੇਖ ਰਹੇ ਹੋ ਟੂਡੇ ਪੰਜਾਬ نیوز ਚੈਨਲ ਤੇ ਮੈਂ ਤਰਸਿਮ ਸਿੰਘ ਮਠਾੜੂ ਦੇ ਨਾਲ ਗੱਲਬਾਤ ਕਰਾਂਗੇ ਪਾਕਤ ਤੇ ਪੰਜਾਬ ਸੂਬੇ ਦੀਆਂ ਅੱਜ ਦੀਆਂ ਸਵੇਰ ਦੀਆਂ ਵੱਡੀਆਂ ਖਬਰਾਂ ਦੀ ਤੇ ਖਬਰਾਂ ਨੂੰ ਸ਼ੁਰੂ ਕਰ ਤੋਂ ਪਹਿਲੇ ਇੱਕ ਵਾਰੀ ਨਜ਼ਰ ਮਾਰਦੇ ਹਾਂ ਝੋਣਵੀਆਂ ਖਬਰਾਂ ਤੇ ਪਹਿਲੀ ਝੋਣਵੀਂ ਖਬਰ ਹੈ ਜੀ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਦਾਖਲੇ ਸਬੰਧੀ ਨਵੇਂ ਹੁਕਮ ਜਾਰੀ ਕਿਸਾਨ ਅੰਦੋਲਨ ਸੁਪਰੀਮ ਕੋਰਟ ਨੇ ਕੇਂਦਰ ਤੇ ਦਿੱਲੀ ਪੁਲਿਸ ਨੂੰ ਭੇਜਿਆ ਨੋਟਿਸ ਪਹਿਲੇ ਅਪ੍ਰੈਲ ਤੋਂ ਹੀ ਸ਼ੁਰੂ ਹੋਵੇਗਾ ਸਰਕਾਰੀ ਸਕੂਲਾਂ ਦਾ ਨਵਾਂ ਵਿਦਿਅਕ ਸੈਸ਼ਨ ਅਪ੍ਰੈਲ ਵਿੱਚ ਸਿਰਫ 15 ਦਿਨ ਖੁੱਲਣਗੇ ਬੈਂਕ ਜਾਣ ਕਦੋਂ-ਕਦੋਂ ਹੋਣਗੇ ਬੰਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਕੋਵਿਡ ਬੰਦਸ਼ਾ 10 ਅਪ੍ਰੈਲ ਤੱਕ ਵਧਾਉਣ ਦੇ ਹੁਕਮ ਪੰਜਾਬ ਵਿੱਚ 8000 ਤੋਂ ਵੱਧ ਅਧਿਆਪਕਾਂ ਦੀ ਭਰਤੀ ਬਾਰੇ ਨਵੀਂ ਅਪਡੇਟ ਇਹ ਕਪ੍ਰਾਇਲ ਤੋਂ ਖੁੱਲੇ ਜਾਣਗੇ ਸਕੂਲ ਵਿਦਿਆਰਥੀਆਂ ਨੂੰ ਲੈ ਕੇ ਨੋ ਸਕੂਲ ਲੈ ਕੇ ਜਾਣਗੇ ਮਾਪੇ ਦੇ ਕਿਸਾਨੀ ਉਹਨੀਆਂ ਦੇਣਗੀਆਂ ਸਮਰਥਨ 1 ਅਪ੍ਰੈਲ ਤੋਂ 4 ਦਿਨ ਦੀ ਨੌਕਰੀ 12 ਘੰਟੇ ਕੰਮ ਅਤੇ 3 ਘੰਟੇ ਦੀ ਹੋਵੇਗੀ ਬ੍ਰੇਕ ਮੋਦੀ ਸਰਕਾਰ ਨੇ ਲਾਗੂ ਕੀ ਤਿੰਨ ਨਵੇਂ ਨਿਯਮ ਪੰਜਾਬ ਵਿੱਚ ਸਕੂਲ ਪ੍ਰੀਖਿਆਵਾਂ ਲੈਂਨ ਬਗੈਰ ਹੀ ਨਤੀਜੇ ਨਤੀਜੇ ਦੇ ਹੋ ਸਕਦੇ ਨੇ ਐਲਾਨ ਵਿਜੇਂਦਰ ਸਿੰਘਲਾ ਕਿਸਾਨਾਂ ਦੇ ਦੋਸ਼ ਖਤਮ ਕਰ ਲੈ ਬੀਜੇਪੀ ਦੀ ਨਵੀਂ ਚਾਲ ਕਿਸਾਨ ਲੀਡਰ ਨੇ ਖੋਲੀ ਕੈਪਟਨ ਸਰਕਾਰ ਦੀ ਵੀ ਪੋਲ ਆਮ ਜਨਤਾ ਨੇ ਮਹਿੰਗਾਈ ਦਾ ਵੱਡਾ ਝਟਕਾ ਤੇਲ ਦੀਆਂ ਕੀਮਤਾਂ 'ਚ 80% ਵਾਧਾ ਕੈਪਟਲ ਸਰਕਾਰ ਦੇ ਸਕਦੀ ਹੈ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ 32% ਤੱਕ ਘਟਾ ਸਕਦੀਆਂ ਨੇ ਬਿਜਲੀ ਦਰਾਂ ਐਨਆਰਆਈ ਭਾਰਤੀਆਂ ਲਈ ਖੁਸ਼ਖਬਰੀ ওসিਆਈ ਕਾਰਡ ਧਾਰਕਾਂ ਨੂੰ ਪਾਸਪੋਰਟ ਦੀ ਜ਼ਰੂਰਤ ਨਹੀਂ ਦੋ ਵਾਕਵਾਂ ਕੇ ਪੈਣਾ ਚੱਗ ਲੱਗਣ ਨਾਲ 6 ਏਕੜ ਚ ਖੜੀ ਫਸਲ ਸਾਰ ਕੇ ਸਵਾ ਤਾਂ ਦੋਸਤੋ ਇਹ ਦੇਖੀਏ ਆਪਣੀਆਂ ਸਮੇਂ ਦੀਆਂ ਚੌਣਵੀਆਂ ਖਬਰਾਂ ਤੇ ਹੁਣ ਗੱਲਬਾਤ ਕਰਦੇ ਆਂ ਜੇ ਸਮੇਂ ਦੀ ਪਹਿਲੀ ਵੱਡੀ ਖਬਰ ਦੀ ਕਿਰਪਾ ਕਰਕੇ ਖਬਰਾਂ ਨੂੰ ਵਾਤਵਾਦ ਲਾਈਕ ਕਮੈਂਟ ਸ਼ੇਅਰ ਜਿਉ ਕਰਾ ਕਰੋ ਤੁਹਾਡੇ ਲਾਈਕ ਕਰਨ ਨਾਲ ਸਾਡੇ ਚੈਨਲ ਨੂੰ ਬਹੁਤ ਹੀ ਸਪੋਰਟ ਮਿਲਦੀ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਗੱਲਬਾਤ ਕਰਦੇ ਆਂ ਜੀ ਪਹਿਲੀ ਖਬਰ ਦੀ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਚ ਦਾਖਲੇ ਸੰਬੰਧੀ ਨਵੇਂ ਹੁਕਮ ਜਾਰੀ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਦੀਆਂ ਹਦਾਇਤਾਂ ਤੇ ਸਕੂਲ ਸਿੱਖਿਆ ਭਾਗ ਨੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਕੋਵਿਡ-19 ਮਹਾਮਾਰੀ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸਿੱਖਿਆ ਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੋਵਿਡ-19 ਕਾਰਨ ਕਿਤੇ ਹੀ ਅਜੇ ਤੱਕ ਸਕੂਲ ਬੰਦ ਕਰ ਦਿੱਤੇ ਗਏ ਨੇ ਪਰ ਸਮੂਹ ਸਰਕਾਰੀ ਸਕੂਲਾਂ ਦੇ ਅਧਿਆਪਕ ਘਰ-ਘਰੀ ਜਾ ਕੇ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰ ਰਹੇ ਨੇ। ਇਸ ਦੌਰਾਨ ਅਧਿਆਪਕਾਂ ਵੱਲੋਂ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿਸਾਨ ਅੰਦolan ਸਪਰੀਮ ਕੋਰਨ ਕੇਂਦਰ ਤੇ ਦਿੱਲੀ ਪੁਲਿਸ ਨੂੰ ਭੇਜਿਆ ਨੋਟਿਸ ਸਪਰੀਮ ਕੋਰਟ ਨੇ ਮੰਗਲਵਾਰ ਨੂੰ ਨਵਾਇਦਾ ਦੀ ਇੱਕ ਔਰਤ ਵੱਲੋਂ দাখিল ਪਟੀਸ਼ਨ ਤੇ ਕੇਂਦਰ ਸਰਕਾਰ ਤੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗੇ ਐਸ ਦੇ ਨਾਲ ਹੀ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਨਵਾਇਦਾ ਤੋਂ ਦਿੱਲੀ ਵਿੱਚ ਕਾ ਛੜਕ ਨੂੰ ਖਾਲੀ ਰੱਖਿਆ ਜਾਵੇ ਤਾਂ ਜੋ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਚ ਵਿੱਚ ਮੁਸ਼ਕਲ ਨਾ ਆਵੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਸਬੰਧ ਵਿੱਚ ਦੇਸ਼ ਭਰ ਦੇ ਕਿਸਾਨ ਰਾਜਦਾਨੀ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹੋਏ ਨੇ ਇਸ ਕਾਰਨ ਲੋਕਾਂ ਨੂੰ ਦਿੱਲੀ ਆਉਣ ਤੇ ਜਾਂਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਮੁੱਦੇ ਤੇ ਨਵਾਈਡਾ ਦੀ ਮੌਨਿਕਾ ਅਗਰਵਾਲ ਦੇ ਸੁਪਰੀਮ ਕੋਰਟ ਦੇ ਪਟੀਸ਼ਨ ਦਾਇਰ ਕੀਤੀ ਇਸ ਜਸਟੀਸ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰ ਦਿੱਤੇ ਨੇ ਨਾਲ ਹੀ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਨਵਾਈਡਾ ਤੋਂ ਦਿੱਲੀ ਉਜਕਾਰ ਸੜਕ ਨੂੰ ਖਾਲੀ ਕਰ ਦਿੱਤਾ ਜਾਵੇ 1 April ਤੋਂ ਹੀ ਸ਼ੁਰੂ ਹੋਵੇਗਾ ਸਰਕਾਰੀ ਸਕੂਲਾਂ ਦਾ ਨਵੇਂ ਅਵਿਧਿਆਕ ਸੈਸ਼ਨ ਜੀ ਹਾਂ ਦੋਸਤੋ ਸਵੇਰੇ ਦੇ ਸਕੂਲੀ ਵਿਦਿਆਰਥੀਆਂ ਨੂੰ ਕਰੋਨਾ ਪਾਬੰਦੀਆਂ ਦੇ ਕਾਰਨ ਸਲਾਨਾ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਦੇ ਸਲਾਨਾ ਨਤੀਜਿਆਂ ਤੇ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਬਾਰੇ ਪਾਏ ਜਾ ਰਹੇ ਤੋਗਲਾਂ ਨੂੰ ਦੂਰ ਕਰਦਿਆਂ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਨਵੇਂ ਵਿਦਿਅਕ ਸੈਸ਼ਨ ਆਮ ਦੀ ਤਰ੍ਹਾਂ 1 ਅਪ੍ਰੈਲ ਤੋਂ ਹੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਤੇ ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਤੇ ਮਾਪਿਆਂ ਦੀ ਮੰਗ ਤੇ ਸੁਝਾਵਾਂ ਅਨੁਸਾਰ ਲੇਗ ਫੈਸਲੇ ਅਨੁਸਾਰ ਗੈਰ ਬੁਰਜ ਮਾਤਾਂ ਦੇ ਵਿਦਿਆਰਥੀਆਂ ਦਾ ਸਲਾਨਾ ਨਤੀਜਾ ਤਿਆਰ ਕੀਤਾ ਜਾਵੇਗਾ ਤੇ ਸਕੂਲ ਮੁਖੀਆਂ ਵੱਲੋਂ ਤਿਆਰ ਕੀਤੇ ਨਤੀਜੇ ਦੀ ਘੋਸ਼ਣਾ ਆਪਣੀ ਸਹੂਲਤ ਅਨੁਸਾਰ 31 ਜਾਂ 31 ਮਾਰਚ ਨੂੰ ਕੀਤੀ ਜਾ ਸਕਗੀ ਤੇ ਸੂਬੇ ਦੇ ਸਮੂਹ ਸਰਕਾਰੀ ਸਕੂਲਾਂ ਚ ਨਵੇਂ ਸੈਸ਼ਨ ਦੀ ਪੜ੍ਹਾਈ 1 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ ਅਪ੍ਰੈਲ ਚ ਸਿਰਫ 15 ਦਿਨ ਖੁੱਲਣਗੇ ਬੈਂਕ ਜਾਣੋ ਕਦੋਂ ਕਦੋਂ ਹੋਣਗੇ ਬੰਦ ਬੈਂਕ ਦੇ ਅਗਲੇ ਮਹੀਨੇ ਅਪ੍ਰੈਲ ਵਿੱਚ 15 ਛੁੱਟੀਆਂ ਹੋਣਗੀਆਂ ਅਗਲੇ ਵਿੱਤੀ ਸਾਲ 2021-22 ਦੀ ਸ਼ੁਰੂਆਤ ਵਿੱਚ 1 ਅਪ੍ਰੈਲ ਤੱਕ ਬੰਦ ਹੋਣ ਕਾਰਨ ਬੈਂਕਾਂ 'ਚ ਕੰਮ ਨਹੀਂ ਹੋਵੇਗਾ ਜਦੋਂ ਕਿ ਗੁੱਡ ਫਰਾਈਡੇ ਦੀ ਛੁੱਟੀ ਕਰਕੇ ਬੈਂਕ 2 ਅਪ੍ਰੈਲ ਨੂੰ ਵੀ ਬੰਦ ਰਹਿਣਗੇ ਉਸ ਤੋਂ ਬਾਅਦ 4 ਅਪ੍ਰੈਲ ਨੂੰ ਐਤਵਾਰ ਫਿਰ 5 ਅਪ੍ਰੈਲ ਨੂੰ ਆਂਧਰਾ ਪ੍ਰਦੇਸ਼ ਦੇ ਤੇਲਗਾਨਾ ਵਿੱਚ ਬਾਬੂ ਜਗਜੀਵਨ ਰਾਮ ਜਯੰਤੀ ਕਰਕੇ ਬੈਂਕ ਬੰਦ ਰਹਿਣਗੇ ਤੇ 6 ਅਪ੍ਰੈਲ ਨੂੰ ਤਾਮਿਲਨਾਡੂ ਵਿੱਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਬੈਂਕਾਂ 'ਚ ਛੁੱਟੀ ਰਹੇਗੀ ਤੇ ਇਸ ਤੋਂ ਇਲਾਵਾ 10 ਅਪ੍ਰੈਲ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਤੇ 11 ਅਪ੍ਰੈਲ ਨੂੰ ਗੁੜੀ ਪਰਵਾ ਤੇਲਗੂ ਨਵੇਂ ਸਾਲ ਦੇ ਉਦਗੀ ਉਗਾਦੀ ਤਿਉਹਾਰ ਦੇ ਕਾਰਨ ਬੈਂਕਾਂ ਵਿੱਚ 13 13 April ਨੂੰ ਛੁੱਟੀ ਰਹੇਗੀ ਜਿਹੜੇ ਜਿਹੜੇ ਬੈਂਕ April ਵਿੱਚ ਕਲਰ ਦੇ ਲਈ ਬੰਦ ਰਹਿਣਗੇ ਤੋਂ ਉਹਨਾਂ ਨੂੰ ਉਸ ਬਾਰੇ ਥੋੜਾ ਜਿਆਦਾ ਦੱਸ ਦਿੰਦੇ ਕਿ 1 April ਨੂੰ ਬੈਂਕਾਂ ਦੇ ਸਾਲਾਨਾ ਖਾਤੇ ਵਿੱਚ ਖਾਤੇ ਦਾ ਬੰਦ ਹੋਣ ਵਾਲਾ ਸਾਲ 2 April ਨੂੰ ਗੁੱਡ ਫਰਾਈਡੇ 4 April ਨੂੰ ਵੀਕਲੀ ਛੁੱਟੀ 5 April ਨੂੰ ਬਾਬੂ ਜਗਜੀਵਨ ਰਾਮ ਜਨਮ ਦਿਤੀ 10 April ਨੂੰ ਦੂਜਾ ਸ਼ਨੀਵਾਰ 11 April ਹਫਤਾਵਾਰੀ ਛੁੱਟੀ 13 April ਨੂੰ ਘੋੜੀ ਪਰਵਾ ਤੇਲਗੂ ਨਵਾਂ ਸਾਲ ਉਗਰੀ ਵਿਸਾਖੀ ਸੰਜੀਬੂ ਸਾਜੀਬੂ ਨੋਗਮ ਪੰਬਾ ਕਰਕੇ ਬੈਂਕ ਬੰਦ ਰਹਿਣਗੇ 14 April ਨੂੰ ਅੰਬੇਦਕਰ ਜਨਤੀਤਾ ਮਲ ਨਵਾਂ ਸਾਲ ਵਿਜੂ ਵਿਜੂ ਉਤਸਵ ਤੇ 15 April ਨੂੰ ਹਿਮਾਚਲ ਦੇਸ ਬੰਗਾਲੀ ਨਵਾਂ ਸਾਲ ਅਸਰਹੂਲ ਤੇ 16 April ਨੂੰ ਭੋਗ ਬੀਹੂ ਤੇ 18 April ਨੂੰ ਹਫਤਾਵਾਰੀ ਛੁੱਟੀ ਤੇ 21 April ਨੂੰ RAM NAVAMI ਤੇ 24 April ਨੂੰ ਹੋਵੇਗਾ ਜੀ ਚੌਥਾ ਸ਼ਨੀਵਾਰ ਤੇ 25 April ਨੂੰ ਹਫਤਾਵਾਰੀ ਛੁੱਟੀ ਹੋਵੇਗਾ ਇਸ ਤਰ੍ਹਾਂ ਜਿਹੜੇ ਅਪ੍ਰੈਲ ਦੇ ਵਿੱਚ ਬੈਂਕ ਇਹਨਾਂ ਤਰੀਕਾਂ ਨੂੰ ਬੰਦ ਰਹਿਣਗੇ ਕੈਪਟਨ ਅਮਨਦਰ ਵੱਲੋਂ ਪੰਜਾਬ ਵਿੱਚ ਕੋਵਿਡ ਵੰਸ਼ਾ 10 ਅਪ੍ਰੈਲ ਤੱਕ ਵਧਾਉਣ ਦੇ ਹੁਕਮ ਅ ਜੀ ਹਾਂ ਦੋਸਤੋ ਹੁਣੇ-ਹੁਣੇ ਪੰਜਾਬ ਸਰਕਾਰ ਵੱਲੋਂ ਇੱਕ ਵੱਡੀ ਖਬਰ ਆਈ ਹੈ ਕਿ ਸੂਬੇ ਵਿੱਚ ਯੂਕੇ ਵਾਇਰਸ ਦੇ ਜ਼ਿਆਦਾ ਪਾਏ ਜਾਣ ਦੇ ਨਾਲ ਕੋਵਿਡ ਕੇਸਾਂ ਤੇ ਮੌਤਾਂ ਦੀ ਨਿਰੰਤਰ ਵਧਦੀ ਗਿਣਤੀ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਨਦਰ ਸਿੰਘ ਨੇ ਮੰਗਲਵਾਰ ਨੂੰ ਕੋਵਿਡ ਕਾਰਨ ਪੁਲਾਈਆਂ ਬੰਦਸ਼ਾ ਨੂੰ ਅੱਗੇ 10 ਅਪ੍ਰੈਲ ਤੱਕ ਵਧਾਉਣ ਦੇ ਹੁਕਮ ਜਾਰੀ ਦਿੱਤੇ ਨੇ ਇਸ ਦੇ ਨਾਲ ਹੀ ਸਿਹਤ ਵਿਭਾਗ ਨੂੰ ਵੀ ਤਰਜੀਹ ਦਿੱਤੀ ਤਰਜੀਹੀ ਵਰਗਾਂ ਨੂੰ ਜ਼ਰੂਰੀ ਅਧਾਰ ਤੇ ਨਿਸ਼ਾਨਾ ਬਣਾਉਣ ਲਈ ਟੇਕ ਕਰਨ ਥਾਵਾਂ ਦੀ ਗਿਣਤੀ ਵਧਾਉਣ ਦੇ ਅਦੇਸ਼ ਦਿੱਤੇ ਗਏ ਨੇ ਮੁੱਖ ਸਿਕੱਤਰ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੀਆਂ ਵਾਛੇ 31 ਮਈ ਤੱਕ ਲਗੰਗੀਆਂ ਉਹਨਾਂ ਸਾਰੀਆਂ ਨੂੰ 10 ਅਪ੍ਰੈਲ ਤੱਕ ਵਧਾ ਦਿੱਤੇ ਜਾਵੇ ਇਸ ਤੋਂ ਬਾਅਦ ਉਹ ਫਿਰ ਇਸ ਦੀ ਸਮੀਖਿਆ ਕਰਨਗੇ ਪੰਜਾਬ ਵਿੱਚ 8000 ਤੋਂ ਵੱਧ ਅਧਿਆਪਕਾਂ ਦੀ ਭਰਤੀ ਬਾਰੇ ਨਵੀਂ ਅਪਡੇਟ ਜੀਹਾਂ ਦੋਸਤੋ ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਰਿਕੁਆਇਰਮੈਂਟ 2021 ਦੇ ਤਹਿਤ ਅਧਿਆਪਕ ਭਰਤੀ ਕੀਤੀ ਜਾ ਰਹੇ ਨੇ ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਵਿਭਾਗ ਨੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ 8393 ਸਾਮੀਆਂ ਭਰ ਲੈਣੇ ਬਿਨੇ ਕਰਨ ਦੀ ਮਿਆਦ ਵਧਾ ਦਿੱਤੀ ਹੈ ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਭਰਤੀ 2021 ਲਈ ਬਿਨੇ ਕਰਨ ਦੇ ਅਸ਼ਿਕ ਨੌਜਵਾਨ ਹੁਣ 1 ਏਪ੍ਰੈਲ 2021 ਤੱਕ ਅਪਲਾਈ ਕਰ ਸਕਦੇ ਨੇ ਇਸ ਫੈਸਲੇ ਨਾਲ ਕਾਫੀ ਨੌਜਵਾਨਾਂ ਨੂੰ ਲਾਭ ਮਿਲ ਸਕਦਾ ਹੈ ਇਸ ਤੋਂ ਪਹਿਲਾਂ ਬਿਨੇ ਪ੍ਰਕਿਰਿਆ 31 21 ਦਸੰਬਰ 2020 ਨੂੰ ਹੀ ਪੂਰੀ ਹੋ ਗਈ ਸੀ ਇਸ ਭਰਤੀ ਦਾ ਨੋਟੀਫਿਕੇਸ਼ਨ 23 ਨਵੰਬਰ 2020 ਨੂੰ ਜਾਰੀ ਕੀਤਾ ਗਿਆ ਹੈ ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਭਰਤੀ ਵਿੱਚ ਉਹੀ ਉਮੀਦਵਾਰ ਬਿਨੇ ਕਰ ਸਕਦਾ ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਸੀਨੀਅਰ ਸੈਕੰਡਰੀ ਜਾਨੀ ਕਿ 12ਵੀਂ ਘੱਟੋ ਘੱਟ 45% ਨੰਬਰ ਨਾਲ ਪਾਸ ਕੀਤੀ ਹੋਵੇ ਤੇ ਨਰਸਰੀ ਟੀਚਰ ਐਜੂਕੇਸ਼ਨ ਵਿੱਚ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਕੋਲੋਂ ਡਿਪਲੋਮਾ ਪ੍ਰਾਪਤ ਕੀਤਾ ਹੋਵੇ ਨਾਲ ਹੀ ਉਮੀਦਵਾਰ ਨੇ 10ਵੀਂ ਤੱਕ ਪੰਜਾਬੀ ਲਾਇਮੇ ਤੌਰ ਤੇ ਪੜ੍ਹੇ ਹੋਵੇ ਤੇ ਬਿਨੇ ਕਰ ਪਹਿਲੇ ਸੰਬ 2020 ਤੱਕ ਘੱਟੋ ਘੱਟ 18 ਸਾਲ ਤੇ ਵੱਧ ਤੋਂ ਵੱਧ 37 ਸਾਲ ਦਾ ਹੋਣਾ ਚਾਹੀਦਾ ਤੇ ਉਮਰ ਸੀਮਾ ਵਿੱਚ ਛੋਟ ਰੱਖਵਾ ਕਰਨ ਦੇ ਨਿਯਮ ਮੁਤਾਬਕ ਹੀ ਮਿਲੇਗੀ ਅਪਲਾਈ ਕਰ ਲਈ ਜਿਹੜੀ ਇਹਨਾਂ ਦੀ ਵੈਬਸਾਈਟ ਹੈਗੇ ਜੀ educationrequirementboard.com ਤੇ ਜਾ ਕੇ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ 1 ਅਪ੍ਰੈਲ ਤੋਂ ਖੋਲੇ ਜਾਣਗੇ ਸਕੂਲ ਵਿਦਿਆਰਥੀਆਂ ਨੂੰ ਸਕੂਲ ਲੈ ਕੇ ਜਾਣਗੇ ਮਾਪੇ ਤੇ ਕਿਸਾਨੀ ਉਹਨਾਂ ਦੇਣਗੀਆਂ ਸਮਰਥਨ 20 ਮਾਰਚ ਨੂੰ ਅਚਾਨਕ ਬੰਦ ਕੀਤੇ ਸਕੂਲ ਖਲਵਾਉਣ ਵਿਦਿਆਰਥੀਆਂ ਦੀਆਂ ਰੱਦ ਕੀਤੀਆਂ ਸਲਾਨਾ ਪ੍ਰੀਖਿਆਵਾਂ ਮਰਚਾ ਚਾਲੂ ਕਰਵਾਉਣ ਲਈ ਕੱਲ ਵਿਧਾਨ ਸਭਾ ਹਲਕਾ ਸਰਦੂਲਗੜ ਦੇ ਨਿੱਜੀ ਸਕੂਲ ਸੰਯੁਕਤ ਮੋਤੇ ਦੇ ਸਦੇ ਤੇ ਭਾਰੀ ਇਕੱਠ ਹੋਇਆ ਤੇ ਤੁਰੰਤ ਸਕੂਲ ਖੋਲਣ ਦੀ ਮੰਗ ਕਰਨ ਵਾਲਿਆਂ ਵਿੱਚ ਮਾਪੇ ਸਕੂਲ ਮੁਖੀ ਅਧਿਆਪਕ ਵਿਦਿਆਰਥੀ ਵੈਹ ਚੜਕ ਕਿਸਾਨੀ ਨੇ ਸਮਾਜ ਸੇਵੀ ਤੇ ਸਰਕਾਰੀ ਸਕੂਲਾਂ ਦੀਆਂ ਵੱਖ-ਵੱਖ ਅਧਿਆਪਕ ਯੂਨੀਅਨਾਂ ਨੇ ਇਸ ਸਮੂਲੀਅਤ ਦੀ ਕੀਤੀ ਦੇ ਮੁਲਾਹਣੇ ਦੋਸ਼ ਲਗਾਏ ਕਿ ਪੰਜਾਬ ਸਰਕਾਰ ਨੇ ਇੱਕ ਗਿੱਨੀ ਮੇਤੀ ਰਾਜਨੀਤਿਕ ਚਾਲ ਤਹਿਤ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕਿਸਾਨੀ ਸੰਗਠਨ ਨੂੰ ਮੱਠਾ ਪਾਲ ਸਕੂਲ ਬੰਦ ਕਰਨ ਵਾਲੀ ਚਾਲ ਚੱਲੀ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਇਸ ਨਾਦਰ ਸ਼ਾਹੀ ਫੈਰ ਨਾਲ ਜਿੱਥੇ ਪੰਜਾਬ ਦੇ 50 ਲੱਖ ਕੁਰੀ ਵਿਦਿਆਰਥੀਆਂ ਤੇ 10 ਲੱਖ ਤੋਂ ਵੀ ਜ਼ਿਆਦਾ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਪੜਾਈ ਠੱਪ ਹੋ ਕੇ ਰਹਿ ਗਈ ਹੋਤੇ ਹੀ ਵਿਦਿਆਰਥੀਆਂ ਦਾ ਭਵਿਕ ਵੀ ਦਾਤੇ ਲਾ ਦਿੱਤਾ ਗਿਆ ਤੇ ਸੰਯੁਕਤ ਮੋਰਚੇ ਦੇ ਆਗੂ ਫੋਜਾ ਸਿੰਘ ਚੌਰਕੇ ਡੈਮੋਕਰੈਟਿਕ ਟੀਚਰ ਫਰੰਟ ਦੇ ਹਾਂਸਾ ਦੇ ਕਿਸਾਨੀ ਨੂੰ ਸਿੱਧੂਪੁਰ ਦੇ ਮਲੂਕ ਸਿੰਘ ਹਰੀਕਾ ਉਸਮੇ ਸ਼ਾਮਲ ਸਨ ਅਤੇ ਜਿਹੜਾ ਉਹਨਾਂ ਨੇ ਨਾਲ ਇਹ ਐਲਾਨ ਕੀਤਾ ਕਿ 1 اپریل ਤੋਂ ਕਿਸਾਨੀ ਦੇ ਨਾ ਉਹਨਾਂ ਉਹਨਾਂ ਦੇ ਸਕੂਲ ਜਿਹੜੇ ਖਲਵਾਉਣਗੇ ਤੇ ਉਹਨਾਂ ਦਾ ਸਮਰਥਨ ਦੇਣਗੇ ਜਣ ਕੇ 1 اپریل ਤੋਂ ਇੱਕ ਵਾਰ ਫਿਰ ਤੋਂ ਸਕੂਲ ਖੋਲ ਦਿੱਤੇ ਜਾਣਗੇ 1 اپریل ਤੋਂ 4 ਦਿਨ ਦੀ ਨੌਕਰੀ 12 ਘੰਟੇ ਕੰਮ ਅਤੇ ਅੱਧੇ ਘੰਟੇ ਦੀ ਹੋਵੇਗੀ ਬ੍ਰੇਕ ਮੋਦੀ ਸਰਕਾਰ ਨੇ ਲਾਗੂ ਕੀਤੇ ਨਵੇਂ ਨਿਯਮ 2 ਦਿਨ ਬਾਅਦ ਯਾਨੀ ਨਵੇਂ ਮਿਤੀ ਸਰ ਜਣ ਕੇ ਕੱਲ 1 اپریل 2021 ਤੋਂ ਤੁਹਾਡੀ ਗ੍ਰੈਜੂਏਟਿ ਪੀਐਫਰ ਦੇ ਕੰਮ ਦੇ ਘੰਟੇ ਵਿੱਚ ਕਾ ਵੱਡਾ ਬਦਲਾ ਆ ਸਕਦਾ ਹੈ ਮੋਦੀ ਸਰਕਾਰ ਕੰਮ ਦੇ ਸਮੇਂ ਕੰਮ ਦੇ ਦਿਨ ਓਵਰਟਾਈਮ ਬ੍ਰੇਕ ਟਾਈਮ ਅਤੇ ਦਫ਼ਤਰ ਅਚੇ ਕੰਟੀਨਿਊ ਵਰਗੇ ਨਿਯਮ ਨੂੰ ਬਦਲਣ ਜਾ ਰਹੀ ਹੈ ਤੇ ਕਰਮਚਾਰੀ ਲਗਾਤਾਰ 5 ਘੰਟੇ ਤੋਂ ਵੱਧ ਕੰਮ ਨਹੀਂ ਕਰਨਗੇ ਇਸ ਦੌਰਾਨ ਉਹਨਾਂ ਨੂੰ ਅੱਧੇ ਘੰਟੇ ਦਾ ਬ੍ਰੇਕ ਦੇਵੇਗਾ ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਗ੍ਰੈਜੂਇਟੀ ਅਤੇ ਪ੍ਰੋਵੀਡੈਂਟ ਫੰਡ ਦੀਆਂ ਚੀਜ਼ਾਂ ਵਿੱਚ ਵਾਅਦਾ ਮਿਲੇਗਾ ਉਸ ਸਮੇਂ ਹੱਥ ਵਿੱਚ ਪੈਸਾ ਘੱਟ ਸਕਦਾ ਹੈ ਤੇ ਇਤੋਂ ਤੱਕ ਕਿ ਕੰਪਨੀਆਂ ਦੀਆਂ ਬੈਲੈਂਸ ਸ਼ੀਟਾਂ ਵੀ ਭਰਵਾ ਤੋਂ ਹੋਣਗੀਆਂ ਇਸ ਦਾ ਕਾਰਨ ਪਿਛਲੇ ਸਾਲ ਸੰਸਦ ਵਿੱਚ ਪਾਸ ਕੀਤੇ ਗਏ ਤਿੰਨ ਵਿਜ਼ਿਟ ਕੋਡ ਬੈਲ ਅਤੇ ਸਰਕਾਰ ਵਿੱਚ ਬੈਲ ਨੂੰ ਇਸ ਸਾਲ 1 April ਤੋਂ ਲਾਗੂ ਕਰਨ ਦਾ ਇਰਾਦਾ ਰੱਖਦੀ ਹੈ ਹਾਲਾਂਕਿ ਇਸ ਬੈਲ ਦੇ ਨਾਮ ਅਜੇ ਵੀ ਹਿੱਸੇਦਾਰਾਂ ਨਾਲ ਵਿਚਾਰ ਅਧੀਨ ਨੇ ਤਾਂ ਇਸ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ ਇਸ ਲਈ ਇਸ ਸੰਭਾਵਨਾ ਨਹੀਂ ਜਾਪਦੀ ਕਿ 1 April ਹੋਵੇਗਾ ਦੇ ਤਨਖਾਹ ਦੀ ਨਵੀਂ ਪਰਿਭਾਸ਼ਾ ਦੇ ਤਹਿਤ ਭੱਤੇ ਕੋਲ ਤਨਖਾਹ ਦਾ ਵੱਧ ਤੋਂ ਵੱਧ ਪੰਜਾਬ ਪ੍ਰਤੀਸ਼ਤ ਹੋਣ ਦਾ ਮਤਲਬ ਹੈ ਕਿ ਅਪ੍ਰੈਲ ਤੋਂ ਮੌਲੇ ਤਨਖਾਹ ਪੰਜਾਬ ਪ੍ਰਸ਼ਰਜਾਸ ਤੋਂ ਵਧ ਹੋਣੀ ਚਾਹੀਦੀ ਤੇ ਮਹੱਤਵਪੂਰਨ ਗੱਲ ਇਹ ਹੈ ਕਿ ਦੇਸ਼ ਦੇ 73 ਸਾਲਾਂ ਇਤਿਹਾਸ ਵਿੱਚ ਪਹਿਲੀ ਵਾਰ ਕਾਨੂੰਨ ਵਿੱਚ ਇਸ ਤਰ੍ਹਾਂ ਬਦਲਾਅ ਕੀਤੇ ਜਾ ਰਹੇ ਨੇ ਸਰਕਾਰ ਦਾ ਦਾਵਾ ਹੈ ਕਿ ਮਾਲਕ ਅਤੇ ਕਰਮਚਾਰੀਆਂ ਦੋਵਾਂ ਲਈ ਲਾਭਕਾਰੀ ਸਿੱਧ ਹੋਣ ਵਾਲੀ ਨੇ ਪੰਜਾਬ ਦੇ ਸਕੂਲ ਪ੍ਰੀਖਿਆਵਾਂ ਲੈਂਨ ਬਗੈਰ ਹੀ ਨਤੀਜੇ ਹੋ ਸਕਦੇ ਨੇ ਐਲਾਨ ਅਵੇ ਜੈਨਦਰ ਸਿੰਘਲਾ ਅ ਜਿਹੜੀਆਂ ਪ੍ਰੀਖਿਆਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਹੀਂ ਲਈਆਂ ਜਾਂਦੀਆਂ ਉਹਨਾਂ ਵਿੱਚ 6ਵੀਂ 7ਵੀਂ 8ਵੀਂ 9ਵੀਂ ਅਤੇ 11ਵੀਂ ਨਤੀਜੇ ਸ਼ਾਮਲ ਨੇ ਉਹ ਲੈ ਬਗੇ ਨਤੀਜੇ ਐਲਾਨੇ ਜਾਂਦੇ ਸੰਭਾਵਨਾ ਬਣੀ ਹੋਈ ਹੈ ਇਸ ਸਬੰਧੀ ਜਦ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਕਿਹਾ ਕਿ ਪੰਜਾਬ ਵਿੱਚ ਜਿਹੜੀਆਂ ਪ੍ਰੀਖਿਆਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਹੀਂ ਲਈਆਂ ਜਾਂਦੀਆਂ ਉਹ ਲਈਆਂ ਜਾਣ ਜਾਣਾ ਇਸ ਸਬੰਧੀ ਅੱਜ ਭਲਕੇ ਵਿੱਚ ਫੈਸਲਾ ਲਿਆ ਜਾ ਸਕਦਾ ਅਜੀਤ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਕੋਰੋਨਾ ਦੀ ਸਥਿਤੀ ਬੜੀ ਗੰਭੀਰ ਹੋ ਰਹੀ ਜੇ ਪ੍ਰੀਖਿਆਵਾਂ ਅੱਗੇ ਪਾਈਆਂ ਜਾਂਦੀਆਂ ਤਾਂ ਨਵੇਂ ਵਿਦਿਅਕ ਸਾਲ ਦਾ ਸ਼ੁਰੂ ਹੋਣ ਵਾਲਾ ਸੈਸ਼ਨ ਕਾਫੀ ਪਛੜ ਜਾਵੇਗਾ ਇਸ ਲਈ ਜਿਹੜੀਆਂ ਬਗੈਰ ਪ੍ਰੀਖਿਆ ਲਈ ਜੀ ਕਲਾਸਾਂ ਦੇ ਨਤੀਜੇ ਐਲਾਨ ਦਿੱਤੇ ਜਾਣਗੇ ਕਿਸਾਨ ਅੰਦੋਲਨ ਖਤਮ ਕਰ ਲੇ ਬੀਜੇਪੀ ਦੇ ਨਵੇਂ ਚਾਲ ਕਿਸਾਨ ਲੇਟਾਂ ਨੇ ਖੋਲੇ ਕੈਪਟਨ ਸਰਕਾਰ ਦੀ ਵੀ ਪੋਲ ਖੇਤੀ ਕਾਨੂੰਨਾਂ ਵਿਰੋਧ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਤੇ ਇਸੇ ਸੰਘਰਸ਼ ਦੇ ਤਹਿਤ ਬਰਨਾਲਾ ਦੇ ਰੇਲਵੇ ਸਟੇਸ਼ਨ ਤੇ ਕਿਸਾਨਾਂ ਦਾ ਲਗਾਤਾਰ ਕਰੀਬ 6 ਮਹੀਨੇ ਤੋਂ ਪੱਕਾ ਮੋਤਾ ਜਾ ਰਿਹਾ ਜਿਸ ਵਿੱਚ ਲਗਾਤਾਰ ਕਿਸਾਨ ਤੇ ਔਰਤਾਵਾਂ ਵੱ ਚੜ ਕੇ ਸ਼ਾਮਲ ਹੋ ਰਹੀਆਂ ਨੇ ਤਾਂ ਬੀਤੇ ਦਿਨੀ ਮਲੋਟ ਵਿਖੇ ਵਾਪਰੀ ਘਟਨਾ ਸੰਬੰਧੀ ਪ੍ਰतिकਰਮ ਜੰਦੇ ਕਿਸਾਨ ਆਗੂ ਨੇ ਉਨਾਂ ਕਿਹਾ ਕਿ ਬੀਜੇਪੀ ਵਿਧਾਇਕ ਦੀ ਕੁੱਟਮਾਰ ਲਈ ਬੀਜੇਪੀ ਖੋਜ ਜ਼ਿੰਮੇਵਾਰ ਹੈ ਕਿਉਂਕਿ ਜਦੋਂ ਬੀਜੇਪੀ ਨੂੰ ਪਤਾ ਹੈ ਕਿ ਖੇਤੀ ਕਰੋਨਾ ਕਾਰਨ ਪਸ ਦਾ ਪੰਜਾਬ ਪਰ ਵਿੱਚ ਵਿਰੋਧ ਚੱਲ ਰਿਹਾ ਹੈ ਤੇ ਇਸ ਪਾਰਟੀ ਦੇ ਲੀਡਰ ਜਾਣਵਰਜ ਕੇ ਕਿਸਾਨਾਂ ਨੂੰ ਭਰਕਾਉਣ ਲਈ ਪ੍ਰੋਗਰਾਮ ਉਲੀਕ ਰਹੇ ਨੇ ਕਿ ਤਾਂ ਕਿ ਕਿਸਾਨ ਹਿੰਸਕ ਹੋਣ ਜਸਨਤ ਸੰਘਾਚ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਉਹਨਾਂ ਕਿਹਾ ਪਰ ਸੰਯੁਕਤ ਕਿਸਾਨ ਮੋਚਰੀ ਅਗਵਾਈ ਵਿੱਚ ਕਿਸਾਨ ਆਪਣਾ ਸੰਘਰਸ਼ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਨੇ ਤਾਂ ਉਹਨਾਂ ਕਿਹਾ ਕਿ ਭਾਜਪਾ ਵਿਧਾਇਕ ਦੀ ਕੁੱਟ ਮਾਰ ਲਈ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਪਾਚੇ ਦਰਜ ਕਰਨ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਦੀ ਪੋਲ ਵੀ ਖੁੱਲ ਰਹੀ ਹੈ ਤੇ ਕਾਂਗਰਸੀ ਅਤੇ ਪਾਏ ਪਾਈ ਆਪਸ ਵਿੱਚ ਝੜਲੇ ਹੋਏ ਨੇ ਤਾਂ ਉਹਨਾਂ ਕਿਹਾ ਕਿ ਪਾਚੇ ਕਿਸਾਨਾਂ ਤੇ ਦਰਜ ਕਰਨੇ ਬਹੁਤ ਗਲਤੀ ਨੇ ਜਿਸ ਨੂੰ ਕੈਪਟਲ ਸਰਕਾਰ ਤੁਰੰਤ ਰੱਦ ਕਰੇ आम जनता ने महंगाई ਦਾ ਵੱਡਾ ਝਟਕਾ ਤੇਲ ਦੀਆਂ ਕੀਮਤਾਂ 'ਚ 80% ਵਾਧਾ ਜੀਹਾਂ ਦੋਸਤੋ ਘਰੇਲੂ ਬਾਜ਼ਾਰ 'ਚ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਕਾਫੀ ਵਧ ਗਈਆਂ ਨੇ ਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ 'ਚ 80% ਦਾ ਵਾਧਾ ਹੋਇਆ ਹੈ ਦਰਅਸਲ ਕਮੰਟਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਤੇ ਭਾਰਤ ਵਿੱਚ ਸਰੋਂ ਦੇ ਤੇਲ ਦੀ ਵਰਤੋਂ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਪਰ ਇਸ ਵਾਰ ਸਰੋਂ ਦੀ ਨਵੀਂ ਆਮਦ ਦੇ ਬਾਵਜੂਦ ਅਸਲੀ ਕੀਮਤ ਘਟ ਨਹੀਂ ਹੋਈ ਕਮੰਟਰੀ ਬਾਜ਼ਾਰ ਵਿੱਚ ਕੀਮਤਾ ਵਧਣ ਹੁਣ ਕਾਰਨ ਦਰਾਮਦਕਾਰ ਉੱਚੀਆਂ ਕੀਮਤਾਂ ਤੇ ਖਾਣ ਵਾਲੇ ਤੇਲ ਦੀ ਦਰਾਮਦ ਕਰਨ ਤੋਂ ਪਰਹੇਜ਼ ਕਰ ਰਹੇ ਨੇ ਖਾਣ ਵਾਲੇ ਤੇਲ ਦੀਆਂ ਦਰਾਮਦ ਫਰਵਰੀ ਵਿੱਚ 27 ਫੀਦੀ ਤੋਂ ਘਟ ਕੇ 7.96 ਲੱਖ ਟਨ ਰਹਿ ਗਏ ਜਦਕਿ ਮੌਜੂਦਾ ਸਾਲ ਦੇ ਨਵੰਬਰ ਫਰਵਰੀ ਦੌਰਾਨ ਤੇਲ ਦੀ ਦਰਾਮਦ ਚ 3.7 ਫੀਦੀ ਦੀ ਗਿਰਾਵਟ ਆਈ ਹੈ ਕਪਟਨ ਸਰਕਾਰ ਦੇ ਸਕਦੀ ਹੈ ਪੰਜਾਬ ਵਾਸੀ ਨੂੰ ਵੱਡੇ ਸੋਗਤ 32 ਫੀਦੀ ਕੱਟ ਸਕਦੀ ਹੈ ਨੇ ਬਿਜਲੀ ਦਰਾਂ ਪੰਜਾਬ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣ ਚੋਣਾਂ ਹੋਣ ਵਾਲੀਆਂ ਨੇ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮੰਦਰ ਸਿੰਘ ਨੇ ਹੁਣੇ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਨੂੰ ਲੈ ਕੇ ਆਮ ਜਨਤਾ ਨੂੰ ਕਈ ਤਰ੍ਹਾਂ ਦੀਆਂ ਰਹਿਤਾਂ ਦੇਣ ਉੱਤੇ ਚਾਚਾ ਚੱਲਦੀ ਹੈ ਜਿਨ੍ਹਾਂ ਵਿੱਚ ਇੱਕ ਹੈ ਸਸਤੀ ਬਿਜਲੀ ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ ਪੰਜਾਬ ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਾਨਕਿ ਪੀ ਐਸ ਪੀ ਸੀ ਐਲ ਨੂੰ ਘਰੇਲੂ ਖਪਤ ਕਰ ਵਾਲੇ ਬਿਜਲੀ ਦਰਾਂ ਕਿਟੋਂ ਲਈ ਆਖ ਦਿੱਤਾ ਹੈ ਤੇ ਸੂਤਰਾਂ ਅਨੁਸਾਰ ਇਹ ਦਰਾਂ 32 ਫੀਸਦੀ ਪਾਬਲਗਾਇਕ ਤੇ ਹਾਈਕ ਤੱਕ ਘਟ ਸਕਦੀ ਜਿਨੇ ਦੱਸ ਦ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਤੱਕ ਪਹੁੰਚ ਕਰਕੇ ਬਿਜਲੀ ਦਰਾਂ ਵਿੱਚ 9% ਵਾਧਾ ਕਰ ਲਿਆ ਗਿਆ ਸੀ ਪਰ ਹੁਣ ਸਰਕਾਰ ਨੇ ਉਸ ਉਤੇ ਦਰਾਂ ਘਟਾਉਣ ਦਾ ਦਬਾਅ ਪਾ ਦਿੱਤਾ ਜਾਨਕਿ 32% ਤੱਕ ਜਿਹੜੀਆਂ ਦਰਾਂ ਬਿਜਲੀ ਦੀਆਂ ਦਰਾਂ ਘਟ ਸਕਦੀਆਂ ਨੇ ਐਨਆਰਏ ਭਾਰਤੀਆਂ ਲਈ ਖੁਸ਼ਖਬਰੀ ਹੋਈ ਹੈ ওসিਆਈ ਕਾਰਡ ਧਾਰਕਾਂ ਨੂੰ ਪਾਸਪੋਰਟ ਦੀ ਜ਼ਰੂਰਤ ਨਹੀਂ ਜੀ ਹਾਂ ਦੋਸਤੋ ਦੁਨੀਆ ਭਰ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਭਾਰਤ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ ਹੁਣ ਓਵਰ ਸੀ ਸਿਟੀਜ਼ਨ ਆਫ ਇੰਡੀਆ ਜਾਨਕਿ ਕਿ ওসিਆਈ ਕਾਰਡ ਧਾਰਕਾਂ ਨੂੰ ਪਛਾਣ ਯਾਤਰਾ ਦੌਰਾਨ ਆਪਣਾ ਪੁਰਾਣਾ ਪਾਸਪੋਰਟ ਨਾਲ ਲਿਆਉਣ ਦੀ ਜ਼ਰੂਰਤ ਨਹੀਂ ਹੋਵੇਗੀ ਕੇਂਦਰ ਸਰਕਾਰ ਦੇ ਨਵੇਂ ਨਿਸ਼ਾ ਨਿਰਦੇਸ਼ ਜਾਰੀ ਕਰਕੇ ਉਸੇ ਹੀ ਕਾਰਡ ਰੀਨਿਊ ਕਰਵਾਉਣ ਦੀ ਮਿਆਦ ਨੂੰ 31 ਦਸੰਬਰ 2021 ਤੱਕ ਵਧਾਉਣ ਦਾ ਫੈਸਲਾ ਲਿਆ ਹੈ ਦੋ ਵਾਕਵਾਂਖੇ ਪਿੰਡਾਂ 'ਚ ਅੱਗ ਲੱਗਣ ਨਾਲ 6 ਏਕੜ ਖੇਤ ਫਸਲ ਸੜ ਕੇ ਸਵਾ ਜੀ ਹਾਂ ਦੋਸਤੋ ਜਿਹੜੇ ਵਾਕਵਾਂਖੇ ਪਿੰਡਾਂ 'ਚ ਸ਼ਾਰਟ ਸਰਕਟ ਹੋਣ ਕਾਰਨ ਫਸਲਾਂ 'ਚ ਅੱਗ ਲੱਗ ਗਈ ਜਿਸ ਨਾਲ ਫਸਲਾਂ ਸੜ ਕੇ ਸੁਆਹ ਹੋ ਗਈਆਂ ਇਹ ਘਟਨਾ ਪਿੰਡ ਸਿਸਵਾਲਾ ਦੀ ਹੈ ਜਿਸ ਵਿੱਚ ਸ਼ਾਰਟ ਸਰਕਟ ਕਾਰਨ 2 ਏਕੜ 'ਚ ਖੜੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਉਹ ਦੇਖੀ ਦੂਜੀ ਘਟਨਾ ਪਿੰਡ ਅਸਵਾਰੀ ਦੀ ਹੈ ਜਿਸ ਪਿੰਡ 'ਚ ਸ਼ਾਰਟ ਸਰਕਟ ਕਾਰਨ 4 ਏਕੜ 'ਚ ਖੜੀ ਕਣਕ ਦੀ ਫਸਲ ਸੜ ਕੇ ਬਿਲਕੁਲ ਸੁਆਹ ਹੋ ਗਈ ਪਿੰਡ। ਮਹਾਰਾਜਾ ਵਾਸੀ सुरेंद्र ਨੇ ਦੱਸਿਆ ਕਿ ਉਸਨੇ ਅਸਵਾਰੀ ਪਿੰਡ 'ਚ ਇੱਕ ਵਿਅਕਤੀ ਕੋਲ 4 ਏਕੜ ਜ਼ਮੀਨ 20000 ਪਰ ਏਕੜ ਦੇ ਹਿਸਾਬ ਨਾਲ ਠੇਕੇ ਤੇ ਲਈ ਹੋਈ ਹੈ ਤੇ ਸ਼ਾਰਟ ਸਰਕਟ ਹੋਣ ਕਾਰਨ ਉਸ ਦੀ 4 ਏਕੜ 'ਚ ਖੜੀ ਸਾਰੀ ਫਸਲ ਸੜ ਕੇ ਸੁਆਹ ਤਾ ਦੋਸਤੋ ਇਹ ਸੀਗੀਆਂ ਆਪਣੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ ਇਸੇ ਨਾਲ ਹੀ ਆਪਣੀਆਂ ਅੱਜ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਮਿਲਾਂਗੇ ਅਗਲੇ ਦਿਨ ਦੀਆਂ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਹੋਣ ਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ